ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਜਿਹੜੇ ਪਲਾਸ਼ਕ ਦੇ ਪੱਖੇ ਗੁਰੂ ਘਰ ਲਾਏ ਜਾਂਦੇ ਨੇ, ਅੱਜ ਅਸੀਂ ਆਪਣੇ ਪਿੰਡ ਵਿੱਚ ਕਿਸੇ ਦੇ ਘਰ ਕੰਮ ਕਰਦੇ ਹਾਂ ਲੱਕੜ ਦਾ, ਅਤੇ ਇਹ ਪਲਾਸ਼ਕ ਦਾ ਪੱਖਾ ਚੱਲ ਰਿਹਾ ਸੀ, ਚੱਲਦਿਆਂ ਚੱਲਦਿਆਂ ਇਹ ਪੱਖੇ ਨੂੰ ਅੱਗ ਲੱਗ ਗਈ। ਕਿਉਂਕਿ ਕਈਆਂ ਥਾਵਾਂ 'ਤੇ ਬਹੁਤ ਥਾਵੀਂ ਧੰਨ ਗੁਰੂ ਗ੍ਰੰਥ ਸਾਹਿਬ ਅਗਨ ਭੇਟ ਹੋ ਜਾਂਦੇ ਨੇ, ਉਹ ਕਾਰਨ ਹੁੰਦਾ ਕਿ ਪੱਖੇ ਦਾ। ਪਰ ਬੜਿਆਂ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਗੁਰਦੁਆਰੇ ਸਾਹਿਬ ਦੇ ਅੰਦਰ ਜਿਹੜੇ ਪਲਾਸ਼ਕਰ ਦੇ ਪੱਖੇ ਲੱਗੇ ਹਨ, ਨਾ ਤਾਂ ਅਜੇ ਤੱਕ ਸ਼੍ਰੋਮਣੀ ਕਮੇਟੀ ਨੇ ਇਹ ਚੀਜ਼ ਨੂੰ ਪਹਿਲੀਆਂ ਦੇ ਵਿੱਚ ਲਿਆਉਣ ਵਾਸਤੇ, ਹੁਣ ਵੀ ਪੱਖੇ ਨੂੰ ਅੱਗ ਲੱਗੀ ਹੋਈ ਹੈ, ਕਿਉਂਕਿ ਸਾਰਾ ਪੱਖਾ ਜਿਹੜਾ ਪਲਾਸ਼ਕਰ ਦਾ ਹੈ। ਅਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਰੰਤ ਜਿਹੜੇ ਪੱਖੇ ਆ ਇਹ ਲਾਏ ਜਾਣ, ਪੱਖਾ ਜਾਮ ਹੋਣ ਦੇ ਕਾਰਨ। ਕਿਉਂਕਿ ਦਾਸ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ ਇੱਕ ਪਿੰਡ ਗਿਆ ਸੀ, ਉੱਥੇ ਵੀ ਗ੍ਰੰਥੀ ਨੇ ਦੱਸਿਆ ਕਿ ਮੈਂ ਪ੍ਰਬੰਧਕ ਕਮੇਟੀ ਨੂੰ ਕਿਹਾ ਪੱਖਾ ਜਾਮ ਹੋ ਜਾਂਦਾ ਨਾ ਚਲਾਈਏ, ਬੱਤੀ ਬੰਦ ਹੋਣ ਦੇ ਕਾਰਨ ਗ੍ਰੰਥੀ ਪੱਖਾ ਚੱਲਦਾ ਛੱਡ ਕੇ ਚੱਲ ਗਿਆ। ਜਦੋਂ ਬੱਤੀ ਆਈ ਤਾਂ ਪੱਖਾ ਜਾਮ ਸੀ, ਅਤੇ ਉੱਥੇ ਵੀ ਗੁਰੂ ਸਾਹਿਬ ਅਗਨ ਭੇਟ ਹੋ ਗਏ ਸਨ। ਮੇਰੀ ਹੁਣ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਬਹੁਤ ਸ਼ਿਕਾਇਤਾਂ ਆ ਰਹੀਆਂ ਨੇ, ਗੁਰੂ ਸਾਹਿਬ ਅਗਨ ਭੇਟ ਹੋ ਰਹੇ ਨੇ। ਦਾਸ ਸਤਿਕਾਰ ਕਮੇਟੀ ਵੱਲੋਂ ਸਾਰੇ ਸਿੰਘਾਂ ਨੂੰ ਬੇਨਤੀ ਹੈ ਕਿ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਸਿੱਖ ਪਹਿਲ ਦੇ ਆਧਾਰ 'ਤੇ ਆਪੋ ਆਪਣੇ ਪਿੰਡਾਂ 'ਚੋਂ ਪਲਾਸ਼ਕਰ ਦੇ ਪੱਖੇ ਲਾਏ ਜਾਣ, ਤੁਰੰਤ ਲਾਏ ਜਾਣ, ਇਹ ਜਿਹੜੇ ਜਿਹਦੇ ਕਾਰਨ ਗੁਰੂ ਸਾਹਿਬ ਅਗਨ ਭੇਟ ਹੋ ਰਹੇ ਨੇ, ਅਤੇ ਅਸੀਂ ਫਿਰ ਮੁੜ ਕੇ ਦੋਖੀ ਗੁਰੂ ਘਰ ਦੇ ਦੋਖੀਆਂ ਦੇ ਨਾਂ ਜਿਹੜੇ ਉਹ ਲਾਏ ਜਾਂਦੇ ਨੇ। ਅਤੇ ਕਾਰਨ ਇਹ ਹੈ ਕਿ ਹੈ ਜ਼ਰੂਰ ਆ ਦੋਖੀਆਂ ਨੇ ਵੀ, ਜਿੱਦਾਂ ਹੁਣ ਪਿੰਡ ਰਾਮਦਵਾਲੀ ਵੀ ਲਾਈ ਗਈ ਅੱਗ, ਉਹ ਤਾਂ ਸ਼ਰਿਆਂ ਪਤਾ ਲੱਗ ਗਿਆ, ਪਰ ਇਹ ਜਿਹੜੇ ਪੱਖੇ ਪਲਾਸ਼ਕਰ ਦੇ ਨੇ ਇਹਨੂੰ ਤੁਰੰਤ ਲਾਏ ਜਾਣ। ਮੇਰੀ ਹੱਥ ਜੋੜ ਕਰਕੇ ਬੇਨਤੀ ਹੈ, ਇਹ ਪੱਖਾ ਪਲਾਸ਼ਕਰ ਦਾ ਕਿਤੇ ਵੀ ਲੱਗਾ ਨਹੀਂ ਹੋਣਾ ਚਾਹੀਦਾ। ਗੁਰੂ ਘਰ ਜਿੱਥੇ ਵੀ ਲਾਏ ਜਾਣ ਉੱਥੇ ਲੋਹੇ ਦੀ ਬਾਡੀ ਦੇ, ਕਿਉਂਕਿ ਘਰਾਂ ਦੇ ਵਿੱਚ ਪੱਖੇ ਚੱਲਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।